सब्सक्राइब करें फोर फाइव सेवन इंटरटेनमेंट चैनल को और दबाएं इस बेल आईकॉन को ताकि हमारी हर आने वाली नई वीडियो आप सबसे पहले देख सकें। अस्सलाम वालेकुम दोस्तों की हाल चाल है उम्मीद करना तुसी सारे खैरियत लोगे। दोस्तों टी ट्वेंटी वर्ल्ड कप का मैच चल रहा है पाकिस्तान अलहमदुल्ला इंडिया तो बड़ी ही सोनी तरीके जीता है ਤੇ ਨਿਊਜ਼ੀਲੈਂਡ ਤੋਂ ਵੀ ਇਨਸ਼ਾਅੱਲਾ ਜਿੱਤੇਗਾ ਤੇ ਉਹਨਾਂ ਦਾ ਸਕਿਉਰਿਟੀ ਦਾ ਮਸਲਾ ਵੀ ਹੱਲ ਕਰ ਦੇਵਾਂਗੇ ਇਨਸ਼ਾਅੱਲਾ ਤੇ ਮੈਂ ਕਿਹਾ ਦੋਸਤਾਂ ਨੂੰ ਮੁਸ਼ਕਿਲ ਆ ਰਹੀ ਹੋਏਗੀ ਕਿ ਉਹਨਾਂ ਦੇ ਮੋਬਾਈਲ ਤੇ ਮੈਚ ਲਾਈਵ ਨਹੀਂ ਚੱਲ ਰਿਹਾ ਹੋਗਾ ਬੜੀ ਕੋਸ਼ਿਸ਼ ਕਰਨ ਪਰ ਰੰਸ ਆ ਜਾਂਦਾ ਹੈ ਕੋਈ ਜੋ ਕੋਈ ਮਸਲਾ ਆ ਜਾਂਦਾ ਹੈ ਰੰਸ ਚੱਲ ਰਹੇ ਹੁੰਦੇ ਨੇ ਜੋ ਵੀ ਹੋ ਜਾਂਦਾ ਹੈ ਇਨਸ਼ਾਅੱਲਾ ਅੱਜ ਮੈਂ ਤੁਹਾਨੂੰ ਐਸਾ ਤਰੀਕਾ ਦੱਸਾਂਗਾ ਜਿੰਦੇ ਨਾਲ ਤੁਸੀਂ ਲਾਈਵ ਮੈਚ ਵੇਖ ਸਕਦੇ ਹੋ ਮੋਬਾਈਲ ਤੇ ਤੇ ਪੰਜਾਬੀ ਵਿੱਚ ਇਨਸ਼ਾਅੱਲਾ ਸਾਰੀ ਵੀਡੀਓ ਹੋ ਕੇ ਪੰਜਾਬੀ ਵਿੱਚ ਟਿਊਟੋਰੀਅਲ ਤੁਹਾਨੂੰ ਦੱਸਾਂਗਾ ਤੁਸੀਂ बस मेरा ना रहने तो वीडियो में लाइक करना आइए मोबाइल स्क्रीन पर चलें आप मोबाइल की स्क्रीन पर आ गए हैं सब तो पहला तुसा जाना है प्ले स्टोर पर प्ले स्टोर जान तो तो बाद जामएक्स प्लेयर डाउनलोड करना है एमएक्स प्लेयर अगर थोड़े मोबाइल में पहले है तो ठीक है नहीं तो दोबारा तुसी डाउनलोड कर लो मेरे पहले है मैं तो विखाने लिए है इस बाद बात जाना गूगल या क्रोम किसी भी ब्राउज़र पर अपने चला जाना है तो सर्च बार सिंपली सर्च करना है ए पी के ਮਾਰਟ ਨੈਟ ਏਪੀ ਕੇ ਮਾਰਟ ਨੈਟ ਇਸ ਤੋਂ ਬਾਅਦ ਪਹਿਲੀ ਸਾਈਟ ਆ ਜਿਹੜੀ ਆ ਰਹੀ ਨਾ ਇਹਦੇ ਤੇ ਤੁਸੀਂ ਕਲਿੱਕ ਕਰਨਾ ਹੈ ਜਦੋਂ ਤੁਸੀਂ ਕਲਿੱਕ ਕਰੋਗੇ ਆ ਇੰਟਰਫੇਸ ਤੁਹਾਡੇ ਅੱਗੇ ਆ ਜਾਏਗਾ ਸਰਚ ਬਾਰ ਸਰਚ ਬਾਰ ਤੇ ਕਲਿੱਕ ਕਰਨਾ ਹੈ ਤੇ ਲਿਖਣਾ ਹੈ ਲਾਈਵ ਨੈਟ ਟੀਵੀ ਮੈਂ ਲਿਖਿਆ ਹੋਇਆ ਪਹਿਲੇ ਤੁਸੀਂ ਲਿਖ ਲਿਆ ਮੈਂ ਵੀ ਲਿਖ ਲੈਣਾ ਦੁਬਾਰਾ ਲਾਈਵ ਨੈਟ ਟੀਵੀ ਸਰਚ ਕਰ ਲੈਣਾ ਹੋ ਜਾਓ ਸੱਚ ਹੋ ਨਹੀਂ ਰਿਹਾ ਅੱਛਾ ਗੋ ਕਰ ਦਿੱਤਾ ਆ ਗਿਆ ਇਸ ਤੋਂ ਬਾਅਦ ਜਿਹੜਾ ਆ ਆ ਰਿਹਾ ਨਾ ਪਹਿਲਾ ਲਾਈਵ net tv ਪਹਿਲਾ ਇਹਨੂੰ ਡਾਊਨਲੋਡ ਕਰ ਲੈਣਾ ਤੁਸੀਂ ਐਡ ਆ ਰਹੀ ਇਹਨੂੰ ਕੱਟ ਦੇਣਾ ਤੇ ਆ ਥੱਲੇ অপਸ਼ਨ ਆ ਰਿਹਾ ਲਾਈਵ net tv ਐਪੀਕੇ ਡਾਊਨਲੋਡ ਡਾਊਨਲੋਡ ਤੇ ਕਲਿੱਕ ਕਰ ਦੇਣਾ ਡਾਊਨਲੋਡਿੰਗ ਇਸ ਤੋਂ ਬਾਅਦ ਥੱਲੇ ਆਪਸ਼ਨ ਆਏਗਾ ਤੇ ਸਟਾਰਟ ਕਰ ਦੇਣਾ ਤੁਸੀਂ ਉਸ ਤੋਂ ਬਾਅਦ ਇੰਸਟਾਲ ਕਰ ਲੈਣਾ ਤੇ ਇੰਸਟਾਲ ਕਰਨ ਤੋਂ ਬਾਅਦ ਵੀ ਪ੍ਰੋਸੈਸ ਮੈਂ ਤੁਹਾਨੂੰ ਦੱਸਣਾ ਮੇਰਾ ਪਹਿਲੇ ਦਾ ਵੀ ਹੋਇਆ ਸੀ ਮੈਂ ਉਹ ਇੰਸਟਾਲ ਕਰ ਤੇ ਤੁਹਾਨੂੰ ਦੱਸਣਾ ਤੇ ਇੱਥੇ ਤੁਸੀਂ ਆਕੇ ਕਰਨਾ ਹੈ ਜਦੋਂ ਡਾਊਨਲੋਡ ਹੋ ਜਾਏ ਇੰਸਟਾਲ ते कह रहे हैं दिस एप कैन कोलैक्ट डेटा रिकॉर्ड वीट्रैक्ट यू इंसटॉल एनीवे कर देने ओके okay तो नहीं करना नहीं तो पीछे चला जाएगा सारा कुछ इंस्टॉल एनीवे तो करेगा तो, तो इंस्टॉल होना शुरू हो जाएगा इस तुम तो बाद ओपन कर लेने कंटिन्यू विल यूजिंग दी ऐप ਤੇ ਲੋਡਿੰਗ ਹੋਏਗੀ ਅੰਦੀ ਕੋ ਇਹ ਇੱਕ ਅਧਾ ਮਿੰਟ ਲੱਗੇਗਾ ਉਸ ਤੋਂ ਬਾਅਦ ਤੁਹਾਡੇ ਵੱਲ ਚੈਨਲ ਆ ਜਾਣਗੇ ਆ ਜਦੋਂ ਮੈਂ ਇੰਟਰਫੇਸ ਦਿਖਾ ਦੇਣਾ ਤੁਹਾਨੂੰ ਇਹਦਾ ਵੀਡੀਓ ਅੱਛਾ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਆ ਚੈਨਲ ਨੂੰ ਬੜੀ ਮਿਹਰਬਾਨੀ ਹੋਏਗੀ ਮੈਂ ਕਿ ਕੋਈ ਮੁਸ਼ਕਿਲ ਨਾ ਰਹੇ ਨਾ ਸਾਰੇ ਭਰਾਵਾਂ ਨੂੰ ਸਾਡੇ ਚੈਨਲ ਵਾਲਿਆਂ ਨੂੰ ਆਪਾਂ ক্রিকেট ਵਾਸਤੇ ਕੀਤਾ ਸੀ ਨਾ ਸਪੋਰਟਸ ਸਾਰੇ ਚੈਨਲ ਆ ਜਿਹੜਾ ਚਲਾਓਗੇ ਚੱਲੇਗਾ ਮਿਸਾਲ ਤੌਰ ਤੇ ਆਪਾਂ ਪੀਟੀਵੀ ਸਪੋਰਟ ਚਲਾਉਣਾ ਚਾਹ ਰਹੇ ਆ ਇੱਥੇ ਕਲਿੱਕ ਕਰੋਗੇ ਪੀਟੀਵੀ ਸਪੋਰਟ ਤੇ ਉਸ ਬਾਅਦ ਲਿੰਕ 1 ਫਾਸਟ ਐਮ ਐਕਸ ਪਲੇਅਰ ਆਲਵੇਜ਼ ਕਰ ਲੈਣਾ ਇੱਥੇ ਤੁਸੀਂ ਆ ਵੀਡੀਓ ਪਲੇਅਰ ਕੈਨ ਬੀ ਚੇਂਜਡ ਇਨ ਦੀ ਐਪ ਸੈਟਿੰਗ ਠੀਕ ਹੋ ਗਿਆ ਦਾਸਟੈਂਡ ਵੀਡੀਓ ਪਲੇਅਰ ਚੇਂਜ ਹੋ ਗਿਆ ਚੈਨਲ ਚੱਲਦਾ ਹੋਣੇ ਮੇਰੀ ਸਪੀਡ ਲੋ ਆ ਰਹੀ ਹੈ ਲੱਗਦਾ ਇਸ ਵਜ੍ਹਾ ਤੋਂ ਚੈਨਲ ਨਹੀਂ ਚੱਲ ਰਿਹਾ ਤੁਹਾਡਾ ਚੱਲ ਜਾਏਗਾ ਇਨਸ਼ਾਅੱਲਾ ਕਿਉਂਕਿ ਮੈਂ ਦਿਹਾਤ ਵਿੱਚ ਰਹਿਣਾ ਇੱਥੇ ਸਪੀਡ ਲੋ ਆਉਂਦੀ ਆ ਵੇਖੋ ਚੱਲ ਪਿਆ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਸ਼ੁਕਰੀਆ